ਆਹ ਦੇਖੋ, ਇੱਕ ਲੇਡੀ 10:30 ਵਜੇ ਵੀਰਾਨ ਜਗ੍ਹਾ 'ਤੇ ਖੜ੍ਹੀ ਹੈ। ਹੁਣ ਦੱਸੋ, ਜਿਹਦੇ ਨਾਲ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੁੰਦਾ? ਟਾਈਮ 10:30 ਹੋ ਰਿਹਾ ਜੀ, ਇਹ ਰੋਡ ਦੇ ਸਾਈਡ 'ਤੇ ਖੜ੍ਹੀ ਹੈ। ਅਜੇ ਤਾਂ ਗੱਡੀਆਂ ਆ ਰਹੀਆਂ ਨੇ, ਜਾ ਰਹੀਆਂ ਨੇ, ਪਰ ਥੋੜ੍ਹੀ ਦੇਰ 'ਚ ਇੱਥੇ ਗੱਡੀਆਂ ਵੀ ਬੰਦ ਹੋ ਜਾਣੀਆਂ ਨੇ ਕਿਉਂਕਿ ਟਾਈਮ 11 ਵੱਜਣ ਲੱਗ ਪਏ। ਆਹ ਦੇਖੋ, ਗੱਡੀ ਖੜ੍ਹ ਗਈ ਹੈ, ਚਲੀ ਗਈ ਹੈ। ਅਤੇ ਆਹ ਮੈਡਮ, ਆਹ ਬਾਈਕ ਵਾਲਾ